ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਅਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀ ਵੀ ਆਸਟ੍ਰੇਲੀਆ। ਹੁਣੇ ਹੁਣੇ ਇੱਕ ਖਬਰ ਆਈ ਆ ਜਿਹੜੀ ਕਿ ਬਹੁਤ ਨਿਰਾਸ਼ ਕਰ ਦੇਣ ਵਾਲੀ ਆ। ਬਾਲੀਵੁੱਡ ਦੇ ਫੇਮਸ ਐਕਟਰ, ਮੇਰੇ ਫੇਵਰੇਟ ਅਦਾਕਾਰ ਇਰਫਾਨ ਖਾਨ, ਇੱਕ ਜ਼ਬਰਦਸਤ ਐਕਟਰ, ਸਾਨੂੰ ਸਾਰਿਆਂ ਨੂੰ ਛੱਡ ਕੇ ਜਾ ਚੁੱਕੇ ਨੇ। ਬੜੀ ਮੰਦਭਾਗੀ ਖਬਰ ਇਸ ਮੰਦਭਾਗੇ ਦੌਰ ਦੇ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਆਈ ਹੈ ਜੀ। ਸੋ ਬੜਾ ਦੁੱਖ ਹੋਇਆ ਸੁਣ ਕੇ, ਯਕੀਨ ਨਹੀਂ ਹੋ ਰਿਹਾ ਕਿ ਇੰਨੇ ਜ਼ਬਰਦਸਤ ਅਤੇ ਸ਼ਾਨਦਾਰ ਕਲਾਕਾਰ ਸਾਡੇ ਵਿੱਚੋਂ ਜਾ ਚੁੱਕੇ ਨੇ। ਲੰਮੀ ਬਿਮਾਰੀ ਦੇ ਨਾਲ ਉਹ ਲੜ ਰਹੇ ਸੀ, ਸੰਘਰਸ਼ ਕਰ ਰਹੇ ਸੀ, ਅਤੇ ਆਖਿਰਕਾਰ ਉਸ ਬਿਮਾਰੀ ਨੇ ਉਹਨਾਂ ਦੀ ਜਾਨ ਲੈ ਲਈ। ਇਰਫਾਨ ਖਾਨ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਹੋਇਆ ਸੀ ਜੀ 7 ਜਨਵਰੀ 1967 ਨੂੰ, ਅਤੇ 53 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਇੰਡੋਜ਼ ਟੀ ਵੀ ਆਪਣੇ ਵੱਲੋਂ ਗਹਿਰੇ ਸ਼ਬਦਾਂ ਦੇ ਵਿੱਚ ਦੁੱਖ ਸਾਂਝਾ ਕਰਦਾ ਹੈ, ਅਤੇ ਅਰਦਾਸ ਕਰਦੇ ਹਾਂ ਉਸ ਰੱਬ ਅੱਗੇ ਕਿ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਤਾਂ ਕਿ ਇਹ ਦੁੱਖ ਦੇ ਸੰਕਟ ਦੇ ਵਿੱਚ ਉਹਨਾਂ ਦਾ ਪਰਿਵਾਰ ਹੈ ਜਿਹੜਾ, ਜਿੰਨੇ ਵੀ ਉਹਨਾਂ ਦੇ ਫੈਨਸ ਨੇ ਜਿਨ੍ਹਾਂ 'ਚ ਮੈਂ ਵੀ ਸ਼ਾਮਿਲ ਹਾਂ, ਸਾਰਿਆਂ ਨੂੰ ਹੌਸਲਾ ਮਿਲੇ, ਕਿਉਂਕਿ ਵਾਕਈ ਇਹ ਜੋ ਲੌਸ ਹੋਇਆ ਹੈ ਇਹ ਕਦੇ ਪੂਰਿਆ ਨਹੀਂ ਜਾ ਸਕਦਾ। ਜ਼ਬਰਦਸਤ ਐਕਟਰ, ਹਿੰਦੀ ਮੀਡੀਅਮ ਫਿਲਮ ਉਹਨਾਂ ਦੀ ਪਿੱਛੇ ਜੇ ਕਾਫੀ ਚਰਚਾ 'ਚ ਰਹੀ, ਅਤੇ ਹੁਣੇ ਹੁਣੇ ਪਿਛਲੇ ਮਹੀਨਿਆਂ ਦੇ ਦੌਰਾਨ ਉਹਨਾਂ ਦੀ ਇੰਗਲਿਸ਼ ਮੀਡੀਅਮ ਕਾਫੀ ਚਰਚਾ 'ਚ ਰਹੀ। ਚੰਦਰਕਾਂਤਾ ਸੀਰੀਅਲ ਦੇ ਲਈ ਜਾਣੇ ਜਾਂਦੇ ਸੀ, ਅਤੇ ਹੋਰ ਵੀ ਬੜੇ ਜ਼ਬਰਦਸਤ ਕੰਮ ਜਿਹੜੇ ਉਹਨਾਂ ਨੇ ਕੀਤੇ ਨੇ, ਅਤੇ ਬੜੇ ਜ਼ਬਰਦਸਤ ਅਤੇ ਬਾ ਕਮਾਲ ਐਕਟਰ ਇਰਫਾਨ ਖਾਨ ਸਾਡੇ ਵਿੱਚੋਂ ਜਾ ਚੁੱਕੇ ਨੇ। ਸੋ ਆਪ ਸਭ ਨੂੰ ਦੱਸਦੇ ਹੋਏ ਬੜਾ ਦੁੱਖ ਹੋ ਰਿਹਾ, ਬੜੀ ਤਕਲੀਫ ਹੋ ਰਹੀ ਆ, ਕਿਉਂਕਿ ਇਹ ਦੌਰ ਵੀ ਜਿਹੜਾ ਬੁਰਾ ਚੱਲ ਰਿਹਾ ਕਰੋਨਾ ਦਾ, ਅਤੇ ਇਸ ਬੁਰੇ ਦੌਰ ਦੇ ਵਿੱਚ ਇੱਕ ਹੋਰ ਬੁਰੀ ਖਬਰ ਸਾਡੇ ਸਾਰਿਆਂ ਦੇ ਸਾਹਮਣੇ ਆਈ ਆ ਕਿ ਇਰਫਾਨ ਖਾਨ ਸਾਨੂੰ ਸਾਰਿਆਂ ਨੂੰ ਛੱਡ ਕੇ ਜਾ ਚੁੱਕੇ ਨੇ।